पंजाब दी जबानी ते लोक किस पासे नू जा रहे ने एह साडे लई बहुत वड्डी त्रासदी है। जो नौजवान ने कम्मां कारां वल घट ध्यान दिंदे ने सगों पुठे कम्मां च रुचि ज्यादा रख रहे ने। हैरानी दी गल तां उदों देखण नू मिलदी है कि इह लोक कदे वी पुठा कम्म करन तों पहलां कुछ भी सोचदे तक नहीं ते ना ही पुलिस प्रशासन दा इन्हां दे मन विच कोई डर है। खबर जलंधर तों है जिथे पुलिस ने लुट्टां खोहां करन वाले गैंग दे दो बंदियां नू काबू कीता है जिन्हां कोलों 5 मोटरसाइकल 14 मोबाइल 3 सिलेंडर ते 10 ਪਰਸ ਬਰਾਮਦ ਕੀਤੇ ਨੇ। ਇਸ ਬਾਬਤ ਜਾਣਕਾਰੀ ਦਿੰਦਿਆਂ ਡੀਐਸਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਇਹ ਗਰੋਹ ਦਾਤਰ ਮਾਰ ਕੇ ਲੋਕਾਂ ਨਾਲ ਲੁੱਟਖੋ ਕਰਦਾ ਹੈ ਜਿਸ ਦੀ ਗੁਪਤ ਸੂਚਨਾ ਦੇ ਆਧਾਰ ਤੇ ਗ੍ਰਿਫਤਾਰੀ ਕੀਤੀ ਹੈ। ਪਿਛਲੇ ਕਈ ਦਿਨਾਂ ਤੋਂ ਥਾਣਾ ਪਤਾਰਾ ਤੇ ਆਦਮਪੁਰ 'ਚ ਇੱਕ ਗਰੋਹ ਸੀਗਾ ਜਿਹੜਾ ਉਹ ਐਕਟਿਵ ਸੀਗਾ, ਜਿਹੜਾ ਕਿ ਰਾਤ ਨੂੰ ਜਾਂ ਦਿਨ ਵੇਲੇ ਸ਼ਾਮ ਵੇਲੇ ਜੋ ਰਾਹਗੀਰ ਆਉਂਦੇ ਸੀਗੇ ਉਹਨਾਂ ਦੇ ਪਿੱਛੇ ਲੱਗ ਕੇ ਦਾਤਰ ਦੀ ਨੋਕ 'ਤੇ ਜਾਂ ਇੱਕ ਪਿਸਤੌਲ ਆ ਇਹਨਾਂ ਕੋਲ ਖੁਡਾਉਣਾ, ਉਹਦੀ ਨੋਕ 'ਤੇ ਉਹਨਾਂ ਪਾਸੋਂ ਪਰਸ ਜਾਂ ਨਕਦੀ ਜਾਂ ਜੋ ਵੀ ਉਹਨਾਂ ਦਾ ਸਮਾਨ ਸੀਗਾ ਉਹ ਲੁੱਟ ਲੈਂਦੇ ਸੀ। ਤੋ ਇਹਦੇ ਸੰਬੰਧ ਵਿੱਚ SHO ਆਦਮਪੁਰ ਅਤੇ SHO ਪਤਾਰਾ ਦੀ ਰਹਿਨਮਾਈ ਹੇਠ ਜਿਹੜੀਆਂ ਟੀਮਾਂ ਅਸੀਂ ਗਠਿਤ ਕੀਤੀਆਂ ਸੀਗੀਆਂ ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ ਥੱਲੇ, ਅਤੇ ਉਹਦੇ ਤਹਿਤ ਹੀ ਕੱਲ੍ਹ ਕਾਫੀ ਇਹਨਾਂ ਨੂੰ ਸਫਲਤਾ ਮਿਲੀ ਇਹਨਾਂ ਦੋਨਾਂ ਟੀਮਾਂ ਨੂੰ। ਜਦੋਂ ਇਹਦੇ ਵਿੱਚ ਇੱਕ ਅਸੀਂ ਅਮਰਜੀਤ ਨਾਮ ਦਾ ਵਿਅਕਤੀ ਜਿਹੜਾ ਉਹ ਅਰੈਸਟ ਕੀਤਾ, ਅਤੇ ਉਹਦੀ ਪੁੱਛਗਿੱਛ ਤੋਂ ਹੀ ਜਿਹੜੇ ਦੋ ਬੰਦੇ ਹੋਰ ਨੋਮੀਨੇਟ ਕੀਤੇ ਅਸੀਂ ਉਹਨਾਂ ਦੀ ਭਾਲ ਅਸੀਂ ਜਾਰੀ ਹੈ, ਉਹਨਾਂ ਦੇ ਪਿੱਛੇ ਟੀਮਾਂ ਲਾਈਆਂ ਹੋਈਆਂ। ਇਹਨਾਂ ਤੋਂ ਕਾਫੀ ਜਿਹੜਾ ਹੈਗਾ ਸਾਨੂੰ ਜਿਵੇਂ ਤੁਸੀਂ ਦੇਖਿਆ ਬਾਹਰ 5 ਦੇ ਕਰੀਬ ਮੋਟਰਸਾਈਕਲ ਇਹਨਾਂ ਨੇ ਖੋਏ ਹੈਗੇ ਆ, ਉਹ ਮਿਲੇ ਹੈਗੇ ਆ। 2 ਠੇਕਿਆਂ ਤੋਂ ਇਹਨਾਂ ਨੇ ਲੁੱਟਾਂ ਕੀਤੀਆਂ ਹੈਗੀਆਂ, 15,000-20,000 ਰੁਪਏ ਦੀਆਂ ਪਿਸਤੌਲ ਦੀ ਨੋਟ 'ਤੇ, ਅਤੇ ਕਾਫੀ ਜਿਹੜੇ ATM ਕਾਰਡ ਹੈਗੇ ਆ ਉਹ ਮਿਲੇ ਹੈਗੇ ਆ, ਕਾਫੀ ਪਰਸ ਮਿਲੇ ਹੈਗੇ ਆ, ਕਾਫੀ 12 ਮੋਬਾਈਲ ਜਿਹੜੇ ਹੈਗੇ ਮਿਲੇ ਹੈਗੇ ਆ। ਉਹ ਕਾਫੀ ਇਹਨਾਂ ਤੋਂ ਜਿਹੜੀਆਂ ਵਾਰਦਾਤਾਂ ਉਹ ਟੇਸ ਹੋਈਆਂ, ਕਰੀਬ 2 ਦਰਜਨ ਦੇ ਕਰੀਬ ਜਿਹੜੀਆਂ ਇਹਨਾਂ ਨੇ ਵਾਰਦਾਤਾਂ ਜਿਹੜੀਆਂ ਉਹ ਕੀਤੀਆਂ ਹੈਗੀਆਂ, ਔਰ ਇਹਦੇ ਵਿੱਚ ਜਿਹੜੀਆਂ 7 ਜਾਂ 8 ਜਿਹੜੀਆਂ ਵਾਰਦਾਤਾਂ ਉਹ ਰਜਿਸਟਰਡ ਆ, ਅਤੇ ਬਾਕੀ ਇਹਨਾਂ ਤੋਂ ਹੋਰ ਅਸੀਂ ਕੋਸ਼ਿਸ਼ ਕਰ ਰਹੇ ਹਾਂ। ATM ਕਾਰਡਸ ਵੀ ਕਾਫੀ ਤਾਦਾਦ ਦੇ ਵਿੱਚ ਬਾਹਰ ਦੇਖੇ ਗਏ ਹੈਗੇ, ਕਿੰਨੇ ਕੁ ATM ਕਾਰਡਸ ਦੇ ਵਿੱਚੋਂ ਇਹਨਾਂ ਨੇ ਪੈਸੇ ਵਿਦਡ੍ਰੋ ਕਰਾਏ? ਉਹ ਹੁਣ ਤਫਤੀਸ਼ ਦਾ ਵਿਸ਼ਾ ਹੈ, ਜੇ ਅਸੀਂ ਰਾਤੀ ਪੜਿਆ ਹੁਣ ਸਾਰੀ ਚੈੱਕ ਕਰਾਂਗੇ ਵੀ ਕਿੰਨੇ ਪੈਸੇ ਇਹਨਾਂ ਨੇ ਕਢਵਾਏ ਹੈ। ਪਹਿਲਾਂ ਕਿੰਨੀਆਂ ਵਾਰਦਾਤਾਂ ਕਰ ਚੁੱਕੇ ਹੋ? ਇਹ 2 ਦਰਜਨ ਦੇ ਕਰੀਬ ਵਾਰਦਾਤਾਂ ਇਹਨਾਂ ਨੇ ਕੀਤੀਆਂ। ਪਹਿਲਾਂ ਹੀ ਮਾਮਲੇ ਦਰਜ ਹੈ ਜੀ? 1 ਦੇ ਖਿਲਾਫ ਹੈ ਪਰਚਾ ਹੈਗਾ, ਬਾਕੀ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ। ਇਹ ਨਸ਼ਾ ਵਗੈਰਾ ਕਰਦੇ ਆ, ਨਸ਼ੇ ਤੋਂ ਲੁੱਟੇ ਆ, ਤਾਂ ਫਿਰ ਇਸ ਕਰਕੇ ਫਿਰ ਲੁੱਟਾਂਗੇ ਵਾਰਦਾਤ ਨੂੰ ਅੰਜਾਮ ਦੇ। ਕੀ ਮਾਮਲਾ ਕੀ ਦਰਜ ਕੀਤਾ ਇਹਨਾਂ ਦੇ ਖਿਲਾਫ? ਲੁੱਟਾਂ ਖੋਹ ਜਾਂ 379B ਵਗੈਰਾ ਹੈਗੇ ਆ ਖੂਹ ਕਰਦੇ, ਉਹਦੇ ਸੰਬੰਧ ਵਿੱਚ ਅਸੀਂ ਕੇਸ ਰਜਿਸਟਰ ਕੀਤਾ। ਇੱਕ ਬੰਦਾ ਇਹਦੇ ਵਿੱਚ ਹੋਰ ਅਸੀਂ ਨੋਮੀਨੇਟ ਕੀਤਾ ਹੈਗਾ ਸ਼ੰਟੀ, ਉਹ ਵੀ ਲੈ ਕੇ ਆਏ, ਉਹ ਜਿਹੜਾ ਲੁੱਟ ਦਾ ਸਮਾਨ ਸੀਗਾ ਉਹਨੂੰ ਦਿੰਦੇ ਸੀ ਸਾਰਾ, ਅਤੇ ਉਹਨੂੰ ਵੀ ਅਸੀਂ ਨੋਮੀਨੇਟ ਕਰਕੇ ਉਹਨੂੰ ਵੀ ਵਿੱਚ ਅਰੈਸਟ ਕੀਤਾ। ਉਹਦੇ ਕੋਲੋਂ ਵੀ ਮੋਬਾਈਲ ਜਿਹੜੇ ਹੈਗੇ ਬਰਾਮਦ ਕੀਤੇ ਜਿਹੜੇ ਇਹਨਾਂ ਨੇ ਲੁੱਟ ਦੇ ਉੱਥੇ ਦਿੱਤੇ ਹੋਏ ਸੀਗੇ। ਇਹਦਾ ਰਿਮਾਂਡ ਅਸੀਂ ਲੈ ਰਹੇ ਹਾਂ, ਇਹਦੇ ਵਿੱਚ SHO ਆਦਮਪੁਰ ਅਤੇ SHO ਪਤਾਰਾ ਨੇ ਬਹੁਤ ਵਧੀਆ ਕੰਮ ਕੀਤਾ, ਉਹਨਾਂ ਦੀਆਂ ਟੀਮਾਂ ਜਿਹੜੀਆਂ ਨੇ ਬਹੁਤ ਅੱਛਾ ਕੰਮ ਕੀਤਾ ਇਹਨਾਂ ਨੇ। ਫਿਲਹਾਲ ਪੁਲਿਸ ਵੱਲੋਂ ਇਹਨਾਂ ਲੁਟੇਰਿਆਂ ਪਾਸੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਮੀਦ ਜਤਾਈ ਜਾ ਰਹੀ ਹੈ ਕਿ ਇਹਨਾਂ ਪਾਸੋਂ ਹੋਰ ਚੋਰੀ ਦਾ ਸਮਾਨ ਵੀ ਬਰਾਮਦ ਕੀਤਾ ਜਾ ਸਕਦਾ ਹੈ। ਹਕੀਕਤ TV ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਸਿੰਘ ਦੀ ਰਿਪੋਰਟ।